ਆ ਵੀਡੀਓ ਦੇਖਣ ਵਾਲੇ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਅੱਜ ਅਸੀਂ ਇੱਕ ਨਰਮੇ ਦੀ ਵੀਡੀਓ ਸ਼ੇਅਰ ਕਰਨ ਲੱਗੇ ਹਾਂ ਅਤੇ ਤੁਹਾਨੂੰ ਦਿਖਾਉਣ ਲੱਗੇ ਹਾਂ ਵੀ ਨਰਮੇ ਦੀ ਸਾਂਭ ਸੰਭਾਲ ਦਾ ਅਤੇ ਬਿਨਾਂ ਸਾਂਭ ਸੰਭਾਲ ਦਾ ਕਿੰਨਾ ਫਰਕ ਆ। ਬਈ ਆਹ ਨਰਮਾ ਜਿਹੜਾ ਜਿਹੜੇ ਨਰਮੇ ਦੇ ਵਿੱਚ ਅਸੀਂ ਖੜ੍ਹੇ ਹਾਂ ਇਹ ਸਾਡੇ ਫਾਰਮਰ ਦਾ ਨਰਮਾ। ਮੈਂ ਜਸਪਾਲ ਸਿੰਘ ਮਾਡਰਨ ਕਰੋਪ ਕੇਅਰ ਕੈਮੀਕਲ ਤੋਂ ਬੋਲ ਰਿਹਾ ਅਤੇ ਤੁਹਾਨੂੰ ਇਹ ਦੱਸ ਰਿਹਾ ਕਿ ਬਈ ਜੀ ਆਹ ਨਰਮਾ ਦੇਖ ਲਓ ਜੀ ਤੁਸੀਂ। ਮਤਲਬ ਵੀ ਇਹ ਨਰਮੇ 'ਚ ਨਾ ਸਟਾਰਟਿੰਗ ਤੋਂ ਲੈ ਕੇ ਵੀ ਮਤਲਬ ਸ਼ੁਰੂ ਤੋਂ ਪਹਿਲਾਂ ਜਿਵੇਂ ਹੇਠਾਂ ਬਿਜਾਈ ਸਮੇਂ ਡੀ ਏ ਪੀ ਦੀ ਬਿਜਾਈ ਕਰਾ ਮਤਲਬ ਡੀ ਏ ਪੀ ਪਵਾਈ ਆ, ਪੋਟਾਸ਼ ਪਵਾਈ ਆ ਅਤੇ ਫਿਰ ਉਦੋਂ ਬਾਅਦ 25 ਕਿਲੋ ਇਹਦੇ ਵਿੱਚ ਮੈਗਨੀਸ਼ੀਅਮ ਪਿਆ ਹੋਇਆ ਅਤੇ ਯੂਰੀਆ ਇਹਨੂੰ 3 ਵਾਰੀ ਮਤਲਬ 3 ਕਿਸ਼ਤਾਂ ਦੇ ਵਿੱਚ ਅੱਧ ਅੱਧੇ ਗੱਟੇ ਦੀਆਂ 3 ਕਿਸ਼ਤਾਂ ਦਿੱਤੀਆਂ ਹੋਈਆਂ ਨੇ ਅਤੇ ਤੁਸੀਂ ਇਕੱਲੇ ਆਹ ਬੂਟੇ ਨਹੀਂ ਹੈਗੇ ਇੱਧਰ ਚਾਰ ਸਪੇਰੇ ਵੱਲ ਵੀ ਨਰਮਾ ਤੁਸੀਂ ਦੇਖ ਲਓ ਵੀ ਇਸ ਨਰਮੇ ਨੇ ਥੱਲੇ ਤੋਂ ਲੈ ਕੇ ਤਾਂ 'ਤੇ ਕਨਾਦਾ ਫਲ ਛੱਡਿਆ ਹੋਇਆ ਅਤੇ ਨਾ ਹੀ ਕੋਈ ਪੱਤਾ ਪੀਲਾ ਇਹਦਾ ਅਤੇ ਨਾ ਹੀ ਕੋਈ ਹੇਠਾਂ ਤੋਂ ਲੈ ਕੇ ਦੇਖ ਸਕਦਾ ਵੀ ਕਿਤੇ ਕੋਈ ਡੈਫੀਸੈਂਸੀ ਕਿਸੇ ਵੀ ਇਹ ਮਤਲਬ ਔਸਧੀ ਦਿਖਾ ਨਹੀਂ ਰਿਹਾ ਖਾਦ ਦੀ ਵੀ ਮਾਲ ਇਹਦੇ ਵਿੱਚ ਸਾਰੇ ਤਰ੍ਹਾਂ ਦੀ ਖਾਦ ਪ੍ਰੋਪਰ ਮਾਲ ਇਹਨੂੰ ਪੂਰੀ ਮਿਲੀ ਹੋਈ ਆ ਅਤੇ ਲੋਕ ਕਹਿੰਦੇ ਵੀ ਜੇ ਯੂਰੀਆ ਜ਼ਿਆਦਾ ਪਾਤੀ ਤਾਂ ਸੁੰਡੀ ਵੱਧ ਆਜੂ ਜਾਂ ਨਰਮਾ ਗਰੋਥ ਵੱਧ ਕਰਜੂ ਅਤੇ ਜੇ ਪੋਟਾਸ਼ ਪਾਤੀ ਜਾਂ ਡੀ ਏ ਪੀ ਪਾਤੀ ਤਾਂ ਜਿੰਨਾ ਨਰਮਾ ਪੀਲਾ ਰਹੂਗਾ ਉਨਾ ਨਰਮਾ ਵਧੀਆ ਰਹੂਗਾ, ਉਹਨੂੰ ਸੁੰਡੀ ਨਹੀਂ ਆਉਂਦੀ। ਆਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਅਸੀਂ ਦਿਖਾ ਰਹੇ ਹਾਂ ਅਤੇ ਇੱਧਰ ਦੂਜੇ ਪਾਸੇ ਬਾਈ ਦਾ ਨਰਮਾ ਹੈਗਾ ਅਤੇ ਉਹ ਬਾਈ ਨਾਲ ਅਸੀਂ ਗੱਲ ਕੀਤੀ, ਉਸ ਬਾਈ ਨੇ ਇਕੱਲੀ ਯੂਰੀਆ ਪਾਈ ਹੋਈ ਅੱਧਾ ਗੱਟਾ ਅਤੇ ਬਿਜਾਈ ਸਮੇਂ ਵੀ ਉਹਨੇ ਕੁਛ ਨਹੀਂ ਪਾਇਆ ਹੋਇਆ, ਇਕੱਲੀ ਡੀ ਏ ਪੀ ਪਾਈ ਹੋਈ ਆ ਇਕੱਲੇ ਅੱਧਾ ਗੱਟਾ ਅਤੇ ਉੱਪਰ ਅੱਧੇ ਗੱਟਾ ਯੂਰੀਆ ਦਾ ਪਾਇਆ ਹੋਇਆ। ਜਾਂ ਨਾਲ ਦੇ ਨਰਮੇ 'ਚ ਜਿਹੜੀ ਤੁਹਾਨੂੰ ਅਸੀਂ ਵੀਡੀਓ ਦਿਖਾ ਰਹੇ ਹਾਂ ਇਹਦੇ ਵਿੱਚ ਮੈਗਨੀਸ਼ੀਅਮ ਦਾ ਗੱਟਾ ਪਿਆ ਹੋਇਆ, ਅੱਧਾ ਗੱਟਾ ਪੋਟਾਸ਼ ਦਾ ਪਿਆ ਹੋਇਆ, ਅੱਧਾ ਗੱਟਾ ਡੀ ਏ ਪੀ ਦਾ ਪਿਆ ਅਤੇ 3 ਕਿਸ਼ਤਾਂ ਯੂਰੀਏ ਦੀਆਂ ਪੈ ਗਈਆਂ ਇਹਨੂੰ। ਦੱਸੋ ਬਾਈ ਜੇ ਦਿਨ ਰਾਤ ਦਾ ਫਰਕ ਆ, ਆਪਣੇ ਕਿਸਾਨ ਭਰਾ ਨਾ ਡਰ ਜਾਂਦੇ ਆ ਵੀ ਜੇ ਆਪਾਂ ਨਰਮੇ ਨੂੰ ਜ਼ਿਆਦਾ ਯੂਰੀਆ ਦਿੱਤੀ ਤਾਂ ਪਤਾ ਨਹੀਂ ਕੀ ਹੋ ਜੂ, ਉਹਨੂੰ ਸੁੰਡੀ ਵੱਧ ਪੈਜੂ, ਉਹਨੂੰ ਅਲ ਵੱਧ ਪੈਜੂ, ਉਹਨੂੰ ਤੇਲਾ ਵੱਧ ਪੈਜੂ। ਆਹ ਤੁਸੀਂ ਪੱਤੇ ਹਿਲਾ ਕੇ ਦੇਖ ਸਕਦੇ ਹੋ, ਨਾ ਤਾਂ ਇਹਦੇ ਵਿੱਚ ਜੂੰ ਆ, ਨਾ ਕੋਈ ਹਰਾ ਤੇਲਾ, ਨਾ ਚਿੱਟਾ ਮੱਛਰ ਆ। ਇਸ ਨਰਮੇ ਦੇ ਉੱਤੇ ਅਸੀਂ 3 ਸਪਰੇਆਂ ਕਰਾਤੀਆਂ। ਪਹਿਲੀ ਸਪਰੇ ਅਸੀਂ ਕਰਾਈ ਸੀਗੀ ਜਾਦੂ ਦੀ, ਜੋ ਮਾਡਰਨ ਕਰੋਪ ਕੇਅਰ ਕੈਮੀਕਲ ਦਾ ਜਾਦੂ, ਉਹਦਾ ਜਾਦੂ ਦੇ ਨਾਲ ਅਸੀਂ ਬਾਈ ਜੀ ਪਵਾਈ ਸੀਗੀ ਐਗਰੋਵੈਟ ਮਲ। ਉਸ ਤੋਂ ਬਾਅਦ ਅਸੀਂ ਜਿਹੜੀ ਦੂਸਰੀ ਸਪਰੇ ਕਰਾਈ ਸੀ ਇਹਦੇ 10 ਦਿਨਾਂ ਬਾਅਦ ਲਾਰਗੋ ਦੀ ਕਰਾਈ ਸੀਗੀ ਅਤੇ ਮਲ ਲਾਰਗੋ ਦੇ ਨਾਲ ਵੀ ਅਸੀਂ ਐਗਰੋਵੈਟ ਪਵਾਈ ਸੀ, ਥੋੜ੍ਹਾ ਮੋਟਾ ਮਾਮੂਲੀ ਹਰਾ ਤੇਲਾ ਸੀਗਾ ਅਤੇ ਹਰੇ ਤੇਲੇ ਕਰਕੇ ਅਸੀਂ ਇਹਦੇ ਵਿੱਚ 70 ਕੁ ਐੱਮ ਐੱਲ ਮਲ ਵੀ ਆਪਣਾ ਲਿਕੁਇਡ ਟਾਰਾ ਏਵਨ ਦੇ ਨਾਂ 'ਤੇ ਆਉਂਦਾ ਉਹ ਪਵਾਇਆ ਹੋਇਆ ਸੀ। ਅਤੇ ਹੁਣ ਬਾਈ ਜੀ 11 ਦਿਨਾਂ ਤੋਂ ਅਸੀਂ ਤੀਜੀ ਸਪਰੇ ਕਰਾਈ ਸੀ ਇਹਦੇ 'ਤੇ, ਸਾਡੀ ਸਨਿਪਰ ਆਉਂਦੀ ਹੈਗੀ, ਸਨਿਪਰ ਦੇ ਨਾਂ 'ਤੇ ਪ੍ਰੋਡਕਟ ਹੈਗਾ ਅਤੇ ਮਲ ਉਸ ਦੀ ਅਸੀਂ ਸਪਰੇ ਕਰਾਈ ਸੀਗੀ 400 ਐੱਮ ਐੱਲ ਕਿੱਲੇ ਦੀ। ਅਤੇ ਤੁਸੀਂ ਦੇਖ ਸਕਦੇ ਹੋ ਬਾਈ ਜੀ ਕਿਸੇ ਕਿਸਮ ਦਾ ਨਾ ਕੋਈ ਤੇਲਾ ਇਹਨੂੰ, ਨਾ ਚੇਪਾ, ਨਾ ਜੂੰ ਹੈ। ਮਤਲਬ ਤੁਹਾਡੇ ਸਾਹਮਣੇ ਦਿਖ ਰਿਹਾ ਨਰਮਾ ਵੀ ਨਰਮਾ ਵਧੀਆ ਗਰੋਥ ਕਰ ਰਿਹਾ ਅਤੇ ਨਾਲ ਨਾਲ ਫਲ ਲੈ ਰਿਹਾ ਅਤੇ ਟਿੰਡੇ ਵੀ ਬਣਾ ਰਿਹਾ ਵੀ ਸਾਡੇ ਨੂੰ ਉਮੀਦ ਆ ਵੀ ਇਹ ਨਰਮਾ ਅਸੀਂ 10-12 ਕੁਇੰਟਲ ਦੇ ਕਰੀਬ ਕੱਢਾਂਗੇ ਅਤੇ ਫਾਰਮਰ ਦਾ ਵੀ ਹੌਸਲਾ ਬੁਲਾਉਂਦਾ ਪੂਰਾ ਅਤੇ ਜੋ ਕੁਛ ਅਸੀਂ ਕਹਿੰਦੇ ਹਾਂ ਉਸ ਹਿਸਾਬ ਨਾਲ ਉਹ ਮਿਹਨਤ ਕਰ ਰਿਹਾ, ਸਪਰੇ ਵੀ ਸਾਡੇ ਕਹਿਣ 'ਤੇ ਕਰ ਰਿਹਾ ਅਤੇ ਖਾਦ ਵੀ ਸਾਡੇ ਕਹਿਣ 'ਤੇ ਪਾ ਰਿਹਾ। ਅਤੇ ਆ ਜਾਓ ਬਾਈ ਜੀ ਨੂੰ ਅਸੀਂ ਬੁਲਾਇਆ ਸੀਗਾ, ਥੋੜ੍ਹਾ ਜਿਹਾ ਉਹਨਾਂ ਨੂੰ ਕੋਈ ਜ਼ਰੂਰੀ ਕੰਮ ਹੋ ਗਿਆ, ਬਾਹਰ ਜਾਣਾ ਪੈ ਗਿਆ ਅਤੇ ਦੁਬਾਰੇ ਅਸੀਂ ਨਾ ਬਾਈ ਜੀ ਨੂੰ ਨਾਲ ਲੈ ਕੇ ਮਤਲਬ ਵੀ ਜਦੋਂ ਅਗਲੀ ਸਪਰੇ ਕਰਾਉਣ ਆਵਾਂਗੇ ਤਾਂ ਤੁਹਾਨੂੰ ਇਸ ਨਰਮੇ ਦੀ ਦੁਬਾਰੇ ਵੀਡੀਓ ਦਿਖਾਵਾਂਗੇ। ਅਸੀਂ ਤੁਹਾਨੂੰ ਇੱਕ ਸਿਰਫ ਫਰਕ ਦਿਖਾਉਂਦੇ ਹਾਂ ਵੀ ਖਾਦਾਂ ਪਾਉਣ ਦਾ ਅਤੇ ਸਪਰੇ ਕਰਨ ਦਾ ਕਿੰਨਾ ਫਰਕ ਆ ਸਾਂਭ ਸੰਭਾਲ ਦਾ। ਜਾਂ ਤੁਸੀਂ ਦੋਨੇ ਫਾਰਮਰਾਂ ਦਾ ਨਾਲ ਨਾਲ ਖੇਤ ਆ, ਇਕੱਠੀ ਬਿਜਾਈ ਕੀਤੀ ਹੋਈ ਆ ਅਤੇ ਨਰਮੇ ਦਾ ਦਿਨ ਰਾਤ ਦਾ ਫਰਕ ਆ ਤੁਸੀਂ ਦੇਖ ਸਕਦੇ ਹੋ। ਅਤੇ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਇਹੋ ਹੀ ਬੇਨਤੀ ਕਰਦਾ ਵੀ ਨਰਮੇ ਨੂੰ ਨਾ ਡਰੋ ਨਾ, ਅਤੇ ਐਂ ਨਾ ਸਮਝੋ ਵੀ ਜੇ ਨਰਮੇ ਨੂੰ ਆਪਾਂ ਖਾਦ ਪਾਤੀ ਅਤੇ ਉਹਨੂੰ ਸੁੰਡੀ ਵੱਧ ਆਜੂ ਜਾਂ ਉਹਨੂੰ ਮੰਨ ਲਾਇਆ ਵੀ ਹਾਈਟ ਵੱਧ ਕਰਜੂ। ਅਤੇ ਹਾਈਟ ਵਾਸਤੇ ਵੀ ਆਪਣੇ ਕੋਲ ਨਾ ਹਾਈਟ ਨੂੰ ਰੋਕਣ ਵਾਸਤੇ ਦਵਾਈ ਆਉਂਦੀ ਆ ਜਾਦੂਗਰ ਦੇ ਨਾਂ 'ਤੇ। ਅਤੇ ਆਹ ਨਰਮੇ 'ਚ ਹੁਣ ਅਸੀਂ ਅਗਲੀ ਆਹ ਜਿਹੜੀ ਹੁਣ ਸਪਰੇ ਹੋਊਗੀ ਇਹਦੇ ਵਿੱਚ ਪਵਾਉਣੀ ਆ, ਉਹ 40 ਕੁ ਐੱਮ ਐੱਲ ਪ੍ਰਤੀ ਏਕੜ ਆਉਂਦੀ ਆ, ਕੋਈ ਬਹੁਤਾ ਖਰਚਾ ਨਹੀਂਗਾ। ਅਤੇ ਉਸ ਦਵਾਈ ਨਾਲ ਮੰਨ ਇਹਦੀ ਹਾਈਟ ਰੁਕ ਜਾਣੀ ਆ ਅਤੇ ਇਹਨੇ ਪਾਸੇ ਤੋਂ ਸਾਈਡਾਂ ਤੋਂ ਮੰਨ ਜਿਹੜੀਆਂ ਆਪਣੀਆਂ ਫਟਾਰ ਹੈਗਾ ਟਾਹਣੀਆਂ ਸਾਈਡਾਂ ਵਾਲੀਆਂ ਇਹਨੂੰ ਪਾਸੇ ਨੂੰ ਸਾਈਡਾਂ ਵੱਲ ਵਧਾ ਲੈਣਾ, ਬਾਹਣ ਦੇ ਜਿਹੜਾ ਵਿਹਲਾ ਥਾਂ ਰਿਖ ਰਿਹਾ ਮਾੜਾ ਮੋਟਾ ਇਹਨੂੰ ਸਾਰੇ ਘੇਰੇ ਨੂੰ ਕਵਰ ਕਰ ਲੈਣਾ ਅਤੇ ਫਲ ਨਾਲ ਭਰ ਜਾਣਾ ਪੂਰਾ। ਸੋ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਵੀ ਮਲ ਨਾ ਨਰਮੇ ਨੂੰ ਥੋੜ੍ਹਾ ਜਿਹਾ ਧਿਆਨ ਰੱਖਣ ਦੀ ਲੋੜ ਆ, ਇਸ ਟਾਈਮ 'ਤੇ ਸਾਂਭ ਸੰਭਾਲ ਦੀ ਲੋੜ ਆ। ਆਹੀ 1 ਮਹੀਨਾ ਜੇ ਨਰਮੇ ਨੂੰ ਸਾਂਭ ਲਓਗੇ ਤਾਂ ਨਰਮੇ ਨਾ ਹੁਣ ਸੁੰਡੀ ਦਾ ਕੰਟਰੋਲ ਹੋ ਗਿਆ, ਨਰਮਿਆਂ 'ਤੇ ਸੁੰਡੀ ਹੈ ਨਹੀਂ ਇਸ ਟਾਈਮ 'ਤੇ, ਅਸੀਂ ਬਹੁਤ ਲੱਭੀ ਆ ਸੁੰਡੀ ਮਿਲ ਨਹੀਂ ਰਹੀ। ਅਤੇ ਮਲ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਆ ਵੀ ਹੁਣ ਇਸ ਟਾਈਮ 'ਤੇ ਨਰਮੇ ਨੂੰ ਸਾਂਭਣ ਦੀ ਲੋੜ ਆ। ਜਿਹਨੇ ਖਾਦ ਨਹੀਂ ਪਾਈ ਉਹ ਖਾਦ ਪਾਓ, ਜਿਹਨੇ ਸਪਰੇਅ ਨਹੀਂ ਕੀਤੀ ਜਿਵੇਂ ਹੁਣ ਹਰਾ ਤੇਲਾ ਕਾਫੀ ਆ, ਜੂੰ ਕਾਫੀ ਆ, ਉਹ ਨਰਮੇ ਨੂੰ ਹੁਣ ਸਾਂਭ ਲਓਗੇ ਤਾਂ ਜੂੰ ਵੀ ਕੰਟਰੋਲ ਹੋਜੂ, ਤੇਲਾ ਵੀ ਕੰਟਰੋਲ ਹੋਜੂ, ਉਨੀ ਨਰਮੇ ਨੇ ਪੱਤੇ ਸਿੱਟ ਜਾਣੇ ਆ ਅਤੇ ਬਾਅਦ 'ਚ ਜਦੋਂ ਤੁਸੀਂ ਸਾਂਭੋਗੇ ਉਦੋਂ ਨਰਮੇ ਨੇ ਮਤਲਬ ਗਰੋਥ ਲੈ ਕੇ ਵੱਧ ਜਾਣਾ ਅਤੇ ਫਲ ਨਹੀਂ ਲੈਣਾ, ਨਰਮੇ ਨੂੰ ਫਲ ਨਾ ਛੱਡਣ ਦਿਓ। ਮੈਂ ਸਾਰੇ ਕਿਸਾਨ ਭਰਾਵਾਂ ਨੂੰ ਇਹੀ ਬੇਨਤੀ ਕਰਦਾ ਕਿ ਇਸ ਟਾਈਮ 'ਤੇ ਪੂਰਾ ਸਾਂਭ ਸੰਭਾਲ ਦਾ ਟਾਈਮ ਆ ਅਤੇ ਨਰਮੇ ਦੇ ਵਿੱਚ ਨਾ ਸਾਰਿਆਂ ਨੂੰ ਖੇਤਾਂ 'ਚ ਨਿਕਲ ਪੈਣਾ ਚਾਹੀਦਾ ਅਤੇ ਆਪੋ ਆਪਣੀ ਫਸਲ ਨੂੰ ਸੰਭਾਲਣਾ ਚਾਹੀਦਾ। ਅਤੇ ਝੋਨੇ 'ਤੇ ਹੁਣ ਕੋਈ ਬਹੁਤੀ ਗੱਲ ਨਹੀਂ, ਝੋਨੇ ਚੱਲ ਪਏ, ਝੋਨੇ ਦੇ ਵਿੱਚ ਹੁਣ ਆਪਾਂ ਮਤਲਬ ਵੀ ਜਿਵੇਂ ਕੋਈ ਸਪਰੇ ਕਰਤੀ ਜਾਂ ਮਤਲਬ ਕੋਈ ਉਸ ਤਰ੍ਹਾਂ
ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਆ ਵੀ ਨਰਮੇ ਨੂੰ ਸਾਂਭੋ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।